ਇਕੱਲਾ ਨੌਜਵਾਨ ਵੇਖ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਲੁਟੇਰੇ, ਪਰ ਇਸ ਨੌਜਵਾਨ ਨੇ ਵੀ ਦਲੇਰੀ ਦਿਖਾਉਂਦੇ ਹੋਏ ਲੁਟੇਰਿਆਂ ਨੂੰ ਭਾਜੜਾ ਪਾ ਦਿੱਤੀਆਂ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਗੈਸ ਏਜੰਸੀ ਦੇ ਕਰਿੰਦੇ ਨੂੰ ਇਹ ਦੋ ਲੁਟੇਰੇ ਘੇਰ ਲੈਂਦੇ ਨੇ ਤੇ ਨੌਜਵਾਨ ਦੇ ਗਲ 'ਚ ਪਾਇਆ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਹ ਨੌਜਵਾਨ ਲੁਟੇਰਿਆਂ ਨੂੰ ਭਜਾਉਣ 'ਚ ਕਾਮਯਾਬ ਰਹਿੰਦਾ ਤੇ ਆਪਣੀ ਸੇਫਟੀ ਲਈ ਰੋਲਾ ਪਾਉਂਦਾ ਤੇ ਕੋਲ ਪਈਆਂ ਇੱਟਾਂ ਵੀ ਚੁੱਕ ਲੈਂਦਾ, ਜਿਸ ਤੋਂ ਬਾਅਦ ਇਹ ਲੁਟੇਰੇ ਪੁੱਠੇ ਪੈਰੀ ਵਾਪਸ ਚਲੇ ਜਾਂਦੇ ਨੇ। ਤਸਵੀਰਾਂ ਹੁਸ਼ਿਆਰਪੁਰ ਦੇ ਮੁਹੱਲਾ ਟੈਗੋਰ ਨਗਰ ਤੋਂ ਇਹ ਸਾਹਮਣੇ ਆਈਆਂ ਨੇ। ਇਕੱਲਾ ਨੌਜਵਾਨ ਵੇਖ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਲੁਟੇਰੇ, ਪਰ ਇਸ ਨੌਜਵਾਨ ਨੇ ਵੀ ਦਲੇਰੀ ਦਿਖਾਉਂਦੇ ਹੋਏ ਲੁਟੇਰਿਆਂ ਨੂੰ ਭਾਜੜਾ ਪਾ ਦਿੱਤੀਆਂ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਗੈਸ ਏਜੰਸੀ ਦੇ ਕਰਿੰਦੇ ਨੂੰ ਇਹ ਦੋ ਲੁਟੇਰੇ ਘੇਰ ਲੈਂਦੇ ਨੇ ਤੇ ਨੌਜਵਾਨ ਦੇ ਗਲ 'ਚ ਪਾਇਆ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਹ ਨੌਜਵਾਨ ਲੁਟੇਰਿਆਂ ਨੂੰ ਭਜਾਉਣ 'ਚ ਕਾਮਯਾਬ ਰਹਿੰਦਾ ਤੇ ਆਪਣੀ ਸੇਫਟੀ ਲਈ ਰੋਲਾ ਪਾਉਂਦਾ ਤੇ ਕੋਲ ਪਈਆਂ ਇੱਟਾਂ ਵੀ ਚੁੱਕ ਲੈਂਦਾ, ਜਿਸ ਤੋਂ ਬਾਅਦ ਇਹ ਲੁਟੇਰੇ ਪੁੱਠੇ ਪੈਰੀ ਵਾਪਸ ਚਲੇ ਜਾਂਦੇ ਨੇ। ਤਸਵੀਰਾਂ ਹੁਸ਼ਿਆਰਪੁਰ ਦੇ ਮੁਹੱਲਾ ਟੈਗੋਰ ਨਗਰ ਤੋਂ ਇਹ ਸਾਹਮਣੇ ਆਈਆਂ ਨੇ। ਇਕੱਲਾ ਨੌਜਵਾਨ ਵੇਖ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਲੁਟੇਰੇ, ਪਰ ਇਸ ਨੌਜਵਾਨ ਨੇ ਵੀ ਦਲੇਰੀ ਦਿਖਾਉਂਦੇ ਹੋਏ ਲੁਟੇਰਿਆਂ ਨੂੰ ਭਾਜੜਾ ਪਾ ਦਿੱਤੀਆਂ ਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਗੈਸ ਏਜੰਸੀ ਦੇ ਕਰਿੰਦੇ ਨੂੰ ਇਹ ਦੋ ਲੁਟੇਰੇ ਘੇਰ ਲੈਂਦੇ ਨੇ ਤੇ ਨੌਜਵਾਨ ਦੇ ਗਲ 'ਚ ਪਾਇਆ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਹ ਨੌਜਵਾਨ ਲੁਟੇਰਿਆਂ ਨੂੰ ਭਜਾਉਣ 'ਚ ਕਾਮਯਾਬ ਰਹਿੰਦਾ ਤੇ ਆਪਣੀ ਸੇਫਟੀ ਲਈ ਰੋਲਾ ਪਾਉਂਦਾ ਤੇ ਕੋਲ ਪਈਆਂ ਇੱਟਾਂ ਵੀ ਚੁੱਕ ਲੈਂਦਾ, ਜਿਸ ਤੋਂ ਬਾਅਦ ਇਹ ਲੁਟੇਰੇ ਪੁੱਠੇ ਪੈਰੀ ਵਾਪਸ ਚਲੇ ਜਾਂਦੇ ਨੇ। ਤਸਵੀਰਾਂ ਹੁਸ਼ਿਆਰਪੁਰ ਦੇ ਮੁਹੱਲਾ ਟੈਗੋਰ ਨਗਰ ਤੋਂ ਇਹ ਸਾਹਮਣੇ ਆਈਆਂ ਨੇ।